ਹੈਲੋ एवरीवन ਥਿਸ ਇਜ਼ ਮੰਦੀਪ ਫਰਮ ਵੀਜ਼ਾ ਵੇਵ ਸਟੱਡੀ ਸਰਵਿਸ ਅੱਜ ਦੀ ਵੀਡੀਓ ਰੀਡਿੰਗ ਦੇ ਰੂਲਸ ਨੂੰ ਲੈ ਕੇ ਆ ਪੀਟੀ ਦੇ ਰੀਡਿੰਗ ਦੇ ਰੂਲਸ ਲਈ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਆ ਰਹੇ ਆ ਕਿ ਰੀਡਿੰਗ ਦੇ ਰੂਲਸ ਤੇ ਵੀਡੀਓ ਬਣਾਈ ਜਾਵੇ ਮੈਂ ਅੱਜ ਤੁਹਾਨੂੰ ਕੁਝ ਰੀਡਿੰਗ ਦੇ ਰੂਲਸ ਲਿਖਵਾਉਂਗੀ ਉਹਦੇ ਲਈ ਤੁਸੀਂ ਇੱਕ ਆਪਣਾ ਪੈਨ ਐਂਡ ਪੇਪਰ ਲੈ ਲਓ ਤੁਸੀਂ ਉਹ ਰੂਲਸ ਨੂੰ ਪਹਿਲਾਂ ਲਿਖਣਾ ਹੈ ਫਿਰ ਉਸ ਤੋਂ ਬਾਅਦ ਰੀਡਿੰਗ ਦੇ ਵਿੱਚ ਉਹਨਾਂ ਨੂੰ ਇੰਪਲੀਮੈਂਟ ਕਰਕੇ ਦੇਖਣਾ ਹੈ ਐਂਡ ਫਿਰ ਉਸ ਤੋਂ ਬਾਅਦ ਪਲੀਜ਼ ਮੈਨੂੰ ਫੀਡਬੈਕ ਦੇਣੀ ਹੈ ਕਿ ਉਹ ਰੀਡਿੰਗ ਦੇ ਰੂਲਸ ਕਿੰਨੇ ਪਰਸੈਂਟ ਤੁਹਾਡੇ ਲਈ ਵਰਕ ਕੀਤੇ ਆ ਐਂਡ ਫ ਮੈਨੂੰ ਪਰਸਨਲ ਮੈਸੇਜ ਕਰ ਸਕਦੇ ਹੋ ਹਨਾ ਸਭ ਤੋਂ ਪਹਿਲਾਂ ਲਿਖਣਾ ਤੁਸੀਂ ਕੈਨ ਕੁਡ ਮੇ ਮਾਈਟ ਵੈਲ ਸ਼ੈਲ ਸ਼ੁੱਡ ਜਿਹੇ ਆ ਰਹੇ ਹੈਗੇ ਆ ਤਾਂ ਇਹਨਾਂ ਦੇ ਬਾਅਦ ਹਮੇਸ਼ਾ ਹੀ ਵਰਬ ਦੀ ਫਰਸਟ ਫਾਰਮ ਆਏਗੀ ਜੇ ਇਹੀ ਮਾਡਲਸ ਦੇ ਨਾਲ ਕਿਤੇ ਬੀ ਲੱਗਾ ਹੋਇਆ ਕੈਨ ਬੀ ਕੁਡ ਬੀ ਮਾਈਟ ਬੀ ਸ਼ੈਲ ਬੀ ਵਿਲ ਬੀ ਜੇ ਬੀ ਲੱਗਾ ਹੈ ਤਾਂ ਹਮੇਸ਼ਾ ਕੀ ਆਊਗਾ ਵਰਬ ਦੀ ਥਰਡ ਫਾਰਮ ਆਏਗੀ ਕਲੀਅਰ ਉਸ ਤੋਂ ਬਾਅਦ ਸੈਕੰਡ ਰੂਲ ਕੀ ਹੋਏਗਾ ਇਜ਼ ਐਮ ਆਰ ਇਜ਼ ਐਮ ਆਰ ਜੇ ਐਕਟਿਵ ਸੈਂਟੈਂਸ ਦੇ ਵਿੱਚ ਐਕਟਿਵ ਸੈਂਟੈਂਸ ਕੀ ਹੁੰਦਾ ਜਿਹਦੇ ਵਿੱਚ ਪਹਿਲਾਂ ਸਬਜੈਕਟ ਫਿਰ ਵਰਬ ਫਿਰ ਆਬਜੈਕਟ ਹੁੰਦਾ ਆ ਤਾਂ ਉਸ ਟਾਈਮ ਕੀ ਹੋਏਗਾ ਹਮੇਸ਼ਾ ਹੀ ਇਜ਼ ਐਮ ਆਰ ਦੇ ਨਾਲ ਵਰਬ ਦੀ ਫਰਸਟ ਫਾਰਮ ਪਲੱਸ ਆਈ ਐਨ ਜੀ ਆਏਗਾ ਕੋਈ ਵੀ ਜਿਹੜੀ ਬਲੈਂਕ ਹੈਗੀ ਹੈ ਇਜ਼ ਐਮ ਆਰ ਪਹਿਲਾਂ ਲੱਗਾ ਹੋਇਆ ਤਾਂ ਵਰਬ ਦੀ ਫਰਸਟ ਫਾਰਮ ਤੇ ਆਈ ਐਨ ਜੀ ਨਾਲ ਜਿਹੜਾ ਵੀ ਕੋਈ ਆਨਸਰ ਹੋਏਗਾ ਉਹ ਉੱਥੇ ਆਨਸਰ ਹੋਏਗਾ ਕਲੀਅਰ ਸੈਕੰਡ ਰੂਲ ਹੁਣ ਇਸ ਐ ਮਾਰ ਜੇ ਪੈਸਿਵ ਫਾਰਮ ਦੇ ਵਿੱਚ ਲੱਗਾ ਹੋਇਆ ਜੇ ਪੈਸਿਵ ਸੈਂਟੈਂਸ ਦੇ ਵਿੱਚ ਇਸ ਐ ਮਾਰ ਲੱਗਾ ਹੋਇਆ ਤਾਂ ਅਗੇਨ ਵਰਬ ਦੀ ਥਰਡ ਫਾਰਮ ਆਏਗੀ ਇਥੇ ਐਕਟਿਵ ਸੈਂਟੈਂਸ ਕੀ ਹੈਗਾ ਹੀ ਇਜ਼ ਡੂਇੰਗ ਹਿਸ ਹੋਮਵਰਕ ਠੀਕ ਹੈ ਤੇ ਪੈਸਿਵ ਕੀ ਹੈਗਾ ਜਿੱਥੇ ਆਬਜੈਕਟ ਪਹਿਲਾਂ ਲੱਗਾ ਹੋਇਆ ਹੋਮਵਰਕ ਪਹਿਲਾਂ ਲੱਗਾ ਹੋਇਆ ਇੱਥੇ ਕੀ ਸੀਗਾ ਹੀ ਇਜ਼ ਡੂਇੰਗ ਹਿਸ ਹੋਮਵਰਕ ਹੀ ਇਜ਼ ਤੋਂ ਬਾਅਦ ਡੂਇੰਗ ਆ ਗਿਆ ਡੂਇੰਗ ਦੇ ਨਾਲ ਜਿਵੇਂ ਫਰਸਟ ਫਾਰਮ ਹੈਗੀ ਹੈ ਇਹ ਐਕਟਿਵ ਸੈਂਟੈਂਸ ਹੈ ਪੈਸਿਵ ਦੇ ਵਿੱਚ ਦਾ ਹੋਮਵਰਕ ਇਜ਼ ਡਨ ਬਾਈ ਹਿਮ ਹੈਨਾ ਤਾਂ ਉੱਥੇ ਕੀ ਹੋ ਗਿਆ ਜਿੱਥੇ ਆਬਜੈਕਟ ਪਹਿਲਾਂ ਲੱਗਾ ਇਟ ਮੀਨਸ ਕੀ ਹੈਗਾ ਇਹ ਪੈਸਿਵ ਸੈਂਟੈਂਸ ਆ ਤਾਂ ਉਹ ਸ਼ੀ ਦਾ ਧਿਆਨ ਰੱਖਣਾ ਹੈਗਾ ਆ ਕਿ ਜੇ ਐਕਟਿਵ ਸੈਂਟੈਂਸ ਹੈ ਇਜ਼ ਅ ਮਾਰ ਪਲਸ ਵਰਬ ਦੀ ਫਰਸਟ ਫਾਰਮ ਜੇ ਪੈਸਿਵ ਸੈਂਟੈਂਸ ਹੈਗਾ ਇਜ਼ ਅ ਮਾਰ ਪਲਸ ਵਰਬ ਦੀ ਥਰਡ ਫਾਰਮ ਥਰਡ ਰੂਲ ਕੀ ਹੈਗਾ ਆ ਮੈਕਸਿਮਮ ਜੇ ਤੁਸੀਂ ਰੀਡਿੰਗ ਕਰ ਰਹੇ ਹੋਵੋਗੇ ਇਹ ਰੂਲ ਤੁਹਾਨੂੰ ਉੱਥੇ ਇੰਪਲੀਮੈਂਟ ਕਰਨ ਲਈ ਮਿਲੇਗਾ ਜਿਹੜਾ ਕੀ ਹੈਗਾ ਹੈਜ਼ ਹੈਵ ਹੈਡ ਕਿਤੇ ਵੀ ਹੈਜ਼ ਹੈਵ ਹੈਡ ਲੱਗਾ ਹੋਇਆ ਉਸ ਤੋਂ ਬਾਅਦ ਹਮੇਸ਼ਾ ਹੀ ਵਰਬ ਦੀ 3rd ਫਾਰਮ ਆਉਂਦੀ ਆ ਓਕੇ ਇਸ ਚੀਜ਼ ਦਾ ਧਿਆਨ ਰੱਖਣਾ ਹੈਗਾ ਵੈਦਰ ਇਟਸ ਐਕਟਿਵ অর ਪੈਸਿਵ ਸੈਂਟੈਂਸ ਹੈਜ਼ ਹੈਵ ਹੈਡ ਦੇ ਨਾਲ ਹਮੇਸ਼ਾ ਹੀ ਵਰਬ ਦੀ 3rd ਫਾਰਮ ਆਏਗੀ ਨੈਕਸਟ ਰੂਲ ਆਪਣਾ ਕੀ ਹੈਗਾ ਕਿ ਜੇ ਇਟ ਵਿੱਚ ਐਂਡ ਥੈਟ ਲੱਗਾ ਹੋਇਆ ਉਸ ਤੋਂ ਬਾਅਦ ਜਿਹੜੀ ਵਰਬ ਦੀ 1st ਫਾਰਮ ਹੁੰਦੀ ਆ ਹਮੇਸ਼ਾ ਹੀ ਉਹਦੇ ਨਾਲ ਐਸ ਲੱਗਾ ਮਿਲੇਗਾ ਇਟ ਦੇ ਨਾਲ ਵਿਚ ਦੇ ਨਾਲ ਹਮੇਸ਼ਾ ਹੀ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਲੱਗੇਗਾ ਤੇ ਜੇ ਬਲੈਂਕ ਇਟ ਤੋਂ ਬਾਅਦ ਆ ਰਹੀ ਹੈ ਵਿੱਚ ਤੋਂ ਬਾਹਰ ਆ ਰਹੀ ਹੈ ਬਾਅਦ ਆ ਰਹੀ ਹੈ ਤਾਂ ਉਹਦੇ ਵਿੱਚ ਅੱਗੇ ਬਲੈਂਕ ਦਿੱਤਾ ਹੋਇਆ ਤਾਂ ਉੱਥੇ ਤੁਸੀਂ ਕੀ ਲਾਉਣਾ ਹੈ ਕੋਈ ਵੀ ਜਿਹੜਾ ਆਨਸਰ ਲਗਾਉਣਾ ਹੈ ਉਹਦੇ ਮਗਰ ਐਸ ਲੱਗੀ ਹੋਣੀ ਚਾਹੀਦੀ ਆ ਤੇ ਇਥੇ ਤੁਹਾਨੂੰ ਥੋੜਾ ਆਈਡੀਆ ਹੋ ਜੂਗਾ ਆਨਸਰ ਦਾ ਹਨਾ ਓਕੇ ਨੈਕਸਟ ਕੀ ਹੈਗਾ ਲਿਖੋ ਫਾਰ ਐਂਡ ਵਾਈਲ ਜੇ ਫਾਰ ਐਂਡ ਵਾਈਲ ਲੱਗਾ ਉਸ ਤੋਂ ਅੱਗੇ ਜਿਹੜਾ ਆਨਸਰ ਹੋਏਗਾ ਜੇ ਵਰਬ ਹੈਗੀ ਆ ਉਹਦੇ ਨਾਲ ਹਮੇਸ਼ਾ ਹੀ ਆਈ ਐਨ ਜੀ ਲੱਗੇਗਾ ਕਲੀਅਰ ਨੈਕਸਟ ਆਪਣਾ ਰੂਲ ਹੈਗਾ ਜੇ ਏ ਔਰ ਐਨ ਲੱਗਾ ਹੋਇਆ ਹਮੇਸ਼ਾ ਹੀ ਉਥੇ ਸਿੰਗੂਲਰ ਨਾਉਨ ਹੋਊਗਾ ਏ ਤੋਂ ਬਾਅਦ ਐਂਡ ਐਨ ਤੋਂ ਬਾਅਦ ਐਂਡ ਸਪੈਸ਼ਲੀ ਜੇ ਐਨ ਲੱਗਾ ਹੋਇਆ ਉਸ ਤੋਂ ਬਾਅਦ ਕੋਈ ਵਰਡ ਆ ਰਿਹਾ ਹੈਗਾ ਉਹ ਹਮੇਸ਼ਾ ਵੋਵਲ ਤੋਂ ਸਟਾਰਟ ਹੋਏਗਾ ਵੋਵਲ ਸਮਝ ਲਿਓ ਨਾ ਏ ਈ ਆਈ ਓ ਯੂ ਲਿਖ ਲਓ ਵੋਵਲ ਏ ਈ ਆਈ ਓ ਯੂ ਜੇ ਐਨ ਤੋਂ ਬਾਅਦ ਕੋਈ ਵਰਡ ਆ ਰਿਹਾ ਹੈਗਾ ਹਮੇਸ਼ਾ ਹੀ ਵੋਵਲ ਤੋਂ ਸਟਾਰਟ ਹੋਏਗਾ ਕਲੀਅਰ ਨੈਕਸਟ ਕੀ ਆ ਜੇ ਹੈਜ਼ ਹੈਵ ਹੈਡ ਐਕਟਿਵ ਸੈਂਟੈਂਸ ਦੇ ਵਿੱਚ ਹੈਗਾ ਆ ਉਦੇ ਨਾਲ ਬੀਨ ਲੱਗਾ ਹੋਇਆ ਤਾਂ ਹਮੇਸ਼ਾ ਐਕਟਿਵ ਸੈਂਟੈਂਸ ਦੇ ਵਿੱਚ ਹੈਜ਼ ਹੈਵ ਹੈਡ ਦੇ ਨਾਲ ਬੀਨ ਪਲੱਸ ਵਰਬ ਦੀ ਫਰਸਟ ਫਾਰਮ ਪਲੱਸ ਆਈ ਐਨ ਜੀ ਓਕੇ ਨੈਕਸਟ ਜੇ ਹੈਜ਼ ਹੈਵ ਹੈਡ ਦੇ ਨਾਲ ਬੀਨ ਲੱਗਾ ਹੋਇਆ ਐਂਡ ਆਬਜੈਕਟ ਪਹਿਲਾਂ ਲਾਈਕ ਪੈਸਿਵ ਸੈਂਟੈਂਸ ਹੈਗਾ ਆ ਤਾਂ ਉਹਦੇ ਵਿੱਚ ਕੀ ਹੋਊਗਾ ਹਮੇਸ਼ਾ ਵਰਬ ਦੀ ਥਰਡ ਫਾਰਮ ਆਏਗੀ ਬੀਨ ਤੋਂ ਬਾਅਦ ਐਂਡ ਨੈਕਸਟ ਰੂਲ ਆਪਣਾ ਕੀ ਹੈਗਾ ਆ ਜੇ ਟੂ ਲੱਗਾ ਹੋਇਆ ਆ ਤਾਂ ਹਮੇਸ਼ਾ ਹੀ ਟੂ ਤੋਂ ਬਾਅਦ ਵਰਬ ਦੀ ਫਰਸਟ ਫਾਰਮ ਆਉਂਦੀ ਆ ਉਹਦੇ ਨਾਲ ਕੋਈ ਐਸ ਔਰ ਯਸ ਨਹੀਂ ਆਉਂਦਾ ਕੋਈ ਈਡੀ ਨਹੀਂ ਆਉਂਦਾ ਕੋਈ ਆਈ ਐਨ ਜੀ ਨਹੀਂ ਆਉਂਦਾ ਟੂ ਤੋਂ ਬਾਅਦ ਹਮੇਸ਼ਾ ਹੀ ਵਰਬ ਦੀ ਫਰਸਟ ਫਾਰਮ ਆਏਗੀ ਠੀਕ ਹੈ ਤਾਂ ਹੁਣ ਇਹ ਰੀਡਿੰਗ ਦੇ ਰੂਲਸ ਨੂੰ ਤੁਸੀਂ ਕੀ ਕਰਨਾ ਇੰਪਲੀਮੈਂਟ ਕਰਕੇ ਦੇਖਣਾ ਹੈਗਾ ਹੁਣੇ ਤੁਸੀਂ ਆਪਣੇ ਰੂਲਸ ਲਿਖਲੇ ਹੋਏ ਤਾਂ ਹੁਣੇ ਤੁਸੀਂ ਆਪਣਾ ਉਹਨਾਂ ਇੱਕ ਰੀਡਿੰਗ ਕਰੋ ਇੱਕ ਕੋਈ ਵੀ ਪੈਰਾਗ੍ਰਾਫ ਲਓ ਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਦੇਖੋ ਕਿ ਕਿੰਨੇ ਕ ਇਹ ਰੂਲਸ ਵਰਕ ਕਰਦੇ ਹੈਗੇ ਆ ਤੇ ਜੇ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈਗੀ ਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਜਾਂ ਤੁਸੀਂ ਮੈਨੂੰ ਪਰਸਨਲ ਮੈਸੇਜ ਕਰ ਸਕਦੇ ਹੋ ਫੋਰ ਮੋਰ ਇਨਫੋਰਮੇਸ਼ਨ ਯੂ ਕਡ ਸਬਸਕ੍ਰਾਈਬ ਟੂ ਅਰ YouTube ਚੈਨਲ ਥੈਂਕ ਯੂ